ਕੈਪਟਨ ਸਾਹਿਬ ਥੋੜੇ ਲੇਟ ਆ 9 ਵਜੇ ਚੱਲਣੀ ਸੀ 20 ਮਿੰਟ ਉੱਪਰ ਹੋ ਗਏ ਆ ਅੱਗੇ ਬੈਠੇ ਅੱਗੇ ਅਗਲੇ ਪਾਸੇ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਆ ਜੀ ਸਾਰਿਆਂ ਦਾ ਵੈਲਕਮ ਟੂ ਦਾ ਚੈਨਲ ਫੈਂਟਮ ਸਿੰਘ ਕੈਨੇਡਾ ਤੇ ਮਿੱਤਰੋ ਅੱਜ ਦੀ ਵੀਡੀਓ ਥੋੜੀ ਡਿਫਰੈਂਟ ਹੋਣ ਵਾਲੀ ਆ ਹਨਾ ਦੇਖੋ ਆਪਾਂ ਪਹਿਲਾਂ ਪਲੱਸ ਟੂ ਕੀਤੀ ਹਨਾ ਦੈਨ ਆਪਾਂ ਬੀ ਟੈਕ ਕਰਨ ਲੱਗ ਪਏ ਉਸ ਤੋਂ ਬਾਅਦ ਥੋੜ੍ਹਾ ਬਹੁਤਾ ਕੰਮ ਕਰ ਲਿਆ ਉਹ ਤੋਂ ਬਾਅਦ ਕੈਨੇਡਾ ਚਲ ਗਏ ਸਟੱਡੀ ਵੀਜ਼ੇ ਤੇ ਹਨਾ ਵਰਕ ਪਰਮਿਟ ਪੱਕੇ ਹੋ ਗਏ ਵਾਪਸ ਆ ਗਏ ਹੁਣ ਮੇਰੇ ਤੋਂ ਕੋਈ ਬਹਾਨਾ ਨਹੀਂ ਇੱਧਰ ਹੈਗਾ ਵੀ ਮੈਂ ਘਰਦਿਆਂ ਨੂੰ ਕਹਿ ਸਕਦਾ ਵੀ ਮੈਂ ਹੁਣ ਵਿਆਹ ਨਹੀਂ ਕਰਾਉਣਾ ਹਨਾ ਹੁਣ ਮੈਂ ਆਇਆ ਹਾਂ ਹੁਣ ਮੈਨੂੰ ਵਿਆਹ ਕਰਾ ਕੇ ਜਾਣਾ ਪੈਣਾ ਆ ਹਰੇਕ ਈਵੈਂਟ ਆਉਂਦਾ ਲਾਈਫ ਦੇ ਵਿੱਚ ਜਰੂਰ ਜਰੂਰ ਸਮਾਂ ਬਣਦਾ ਸੋ ਅੱਜ ਉਹ ਸਮਾਂ ਆ ਗਿਆ ਜੀ ਹਨਾ ਤੁਹਾਡੀ ਭਾਬੀ ਨਾਲ ਤੁਹਾਨੂੰ ਅੱਜ ਇੰਟਰੋਡਿਊਸ ਕਰਵਾਉਣਾ ਚਾਹੁੰਦਾ ਹਾਂ ਸੋ ਅੱਜ ਦੀ ਵੀਡੀਓ ਸਟਾਰਟ ਕਿਵੇਂ ਹੋਊਗੀ ਸਟਾਰਟ ਐਵੇਂ ਹੋ ਰਹੀ ਆ ਜੀ ਜਿਵੇਂ ਹੁਣ ਮੈਂ ਜਾਣਾ ਪਿਆ ਆਪਣੀ ਗੱਡੀ ਦੇ ਵਿੱਚ ਪਹਿਲਾਂ ਹੁਣ ਮੈਂ ਪੈਟਰੋਲ ਪੰਪ ਤੇ ਜਾਣਾ ਥੋੜਾ ਤੇਲ ਪਵਾ ਲਈਏ ਦੈਨ ਅਸੀਂ ਮੈਂ ਆਪਦੀ ਹੋਣ ਵਾਲੀ ਵਾਈਫ ਨੂੰ ਹਨਾ ਏਅਰਪਲੇਨ ਤੇ ਲੈ ਕੇ ਜਾਊਂਗਾ ਮੈਂ ਆਪਸ਼ਨਸ ਲੱਭ ਰਿਹਾ ਸੀ ਸੋ ਲਾਸਟ ਮੂਮੈਂਟ ਤੇ ਇੱਕ ਆਪਸ਼ਨ ਲੱਭੀ ਵੀ ਆਹ ਚੀਜ਼ ਹੋ ਸਕਦੀ ਆ ਸੋ ਉਹ ਅਰੇਂਜਮੈਂਟ ਥੋੜਾ ਕੀਤਾ ਹੋਇਆ ਮੈਂ ਤੇ ਗਿੰਨੀ ਨੂੰ ਇਸ ਬਾਰੇ ਨਹੀਂ ਪਤਾ ਹਨਾ ਉਹਦਾ ਨਿਕਨੇਮ ਗਿੰਨੀ ਆ ਤੇ ਮੈਨੂੰ ਗਿੰਨੀ ਹੀ ਕਹਿੰਦਾ ਹੁੰਦਾ ਉਹਦੇ ਲਈ ਇੱਕ ਆਪਾਂ ਨੇ ਸਰਪ੍ਰਾਈਜ਼ ਆ ਅਰੇਂਜ ਕੀਤਾ ਹੋਇਆ ਛੋਟਾ ਜਿਹਾ ਕਹਿ ਲਓ ਵੱਡਾ ਕਹਿ ਲਓ ਵਟ ਐਵਰ ਹਨਾ ਆਈ ਹੋਪ ਵੀ ਉਹਨੂੰ ਵਧੀਆ ਲੱਗੂਗਾ ਹਨਾ ਸੋ ਲੈਟਸ ਸੀ ਉਹਦਾ ਕੀ ਰਿਐਕਸ਼ਨ ਹੁੰਦਾ ਪਹਿਲਾਂ ਸੋਚਿਆ ਸੀਗਾ ਵੀ ਆਪਾਂ ਲੁਧਿਆਣੇ ਸ਼ਹਿਰ ਗੱਲ ਬਣ ਜੂਗੀ ਬਟ ਪਲਾਨ ਬਣਿਆ ਨਹੀਂ ਹੁਣ ਸਾਨੂੰ ਪਟਿਆਲੇ ਜਾਣਾ ਪੈਣਾ ਉਹ ਕਿਉਂ ਨਹੀਂ ਬਣਿਆ ਉਹਦੇ ਬਾਰੇ ਤੁਹਾਨੂੰ ਬਾਅਦ ਚੋਂ ਦੱਸੂਗਾ ਮੈਂ ਆਪਦਾ ਸਵੇਰੇ ਉੱਠ ਕੇ 6 ਵਜੇ ਉੱਠਿਆ ਮੈਂ ਆਪਣਾ ਹਨਾ ਪਾਠ ਕਰਕੇ ਨਹਾ ਧੋ ਕੇ ਤਿਆਰ ਹੋ ਕੇ ਮੈਂ ਰੈਡੀ ਹੋ ਗਿਆ ਸੀਗਾ ਕਿਉਂਕਿ ਇੱਥੋਂ ਜਾਣ ਨੂੰ 2 ਘੰਟੇ ਲੱਗ ਜਾਣੇ ਆ ਸੋ ਅਸੀਂ ਦੋਵੇਂ ਤੇ ਤੀਜਾ ਮੇਰਾ ਭਰਾ ਜਿਹੜਾ ਡਰਾਈਵ ਕਰ ਲੂਗਾ ਗੱਡੀ ਠੀਕ ਆ ਵੀਰੇ ਸੋ ਆਪਾਂ ਪਹੁੰਚ ਗਏ ਹਾਂ ਜੀ ਗਿੰਨੀ ਦੇ ਘਰ ਆ ਇੱਧਰਲੇ ਪਾਸੇ ਘਰ ਆ ਤੇ ਹੁਣ ਗਿੰਨੀ ਵੀ ਨਾਲ ਬੈਠੀ ਹੋਈ ਆ ਤਿਆਰ ਹੋ ਜਾ ਫਿਰ ਵੀ ਤੇਰੇ ਵੱਲ ਰਹਾ ਤੱਕਦਾ ਸਾਰਾ ਦਿਨ ਵੇਖੀ ਜਾਵਾਂ ਤਾਂ ਨਾ ਅਕੇਲਾ ਤੇਰਾ ਸਾਥ ਮੈਂ ਚਾਹਾਂ ਤੈਨੂੰ ਆਪਣਾ ਬਣਾਵਾਂ ਤੇਰਾ ਵਿਛੋੜਾ ਮੈਂ ਸਹਿਣਾ ਬਸ ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਦਾ ਚੈਨਲ ਇਹਨਾਂ ਦਾ ਚੈਨਲ ਐਂ ਕਿਹਾ ਮੇਰੇ ਲਈ ਵੈਸੇ ਕਿੰਨੀ ਉਹ ਚੀਜ਼ ਨਵੀਂ ਆ ਕੋਈ ਇਹ ਨਹੀਂ ਹੈਗਾ ਵੀ ਮੈਂ ਉਹ ਜੀ ਪਹਿਲਾਂ ਐਕਸਪੀਰੀਅੰਸ ਕੀਤੀ ਹੋਈ ਆ ਸੋ ਮੈਨੂੰ ਲੱਗਦਾ ਵੀ ਸ਼ਾਇਦ ਤੈਨੂੰ ਵਧੀਆ ਲੱਗੂਗੀ ਜਾਂਦੇ ਹੋਏ ਆਪਾਂ ਗੁਰੂ ਘਰ ਮੱਥਾ ਟੇਕਾਂਗੇ ਪਹਿਲਾਂ ਮੈਂ ਤਾਂ ਗੱਡੀ ਗੁੱਡੀ ਵੀ ਨਹੀਂ ਸਾਫ਼ ਕੀਤੀ ਐਂ ਚੱਕ ਲਿਆ ਬਸ ਯਾਰ ਕੋਟ ਪਤਾ ਨਹੀਂ ਹੈ ਚੱਕਿਆ ਜਾਂ ਕਿਉਂ ਪਤਾ ਨਹੀਂ ਮਗਰ ਸੀਟ ਨੇ ਪਿੱਛੋਂ ਚੱਕਿਆ ਹੋਇਆ ਨਾ ਸ਼ਰਟ ਹੋਰ ਹੀ ਅੰਦਰੋਂ ਪਤਾ ਨਹੀਂ ਕਿਵੇਂ ਹੋਈ ਪਈ ਆ ਤੇ ਚਲੋ ਮਿੱਤਰੋ ਚੱਲੀਏ ਹੁਣ ਆਪਾਂ ਗੱਡੀ ਗੁੱਡੀ ਤੇ ਦੇਖ ਸਕਦੇ ਹਾਂ ਬਾਲੀ ਸਾਫ਼ ਨਹੀਂ ਹੈਗੀ ਧੋਤੀ ਨਹੀਂ ਗੱਡੀ ਬਟ ਕੋਈ ਨਹੀਂ ਐਂ ਚੱਲੂਗੀ ਨਾਲੇ ਹੁਣ ਸਾਫ਼ ਆ ਗਿਆ ਇੰਡੀਆ 'ਚ ਗੱਡੀ ਚਲਾਉਣ ਦਾ ਤੇ ਆਹ ਦੇਖੋ ਜਵਾਕ ਭਜਾਉਂਦਾ ਆਇਆ ਸਾਈਕਲ ਪੂਰਾ ਹਨਾ ਬਹੁਤ ਚੱਕਰ ਪੈਂਦਾ ਇੱਥੇ ਕਿੰਨੀਆਂ ਇੱਟ ਜੀ ਸੀ ਇੱਕ ਚੜ ਗਈ ਓਏ ਜਵਾਕੋ ਓਏ ਠੰਡ ਇੱਥੇ ਵੀ ਹੋਈ ਆ ਜੀ ਉੱਤੋਂ ਸਾਡੀ ਬੰਦ ਹੋ ਗਈ ਗੱਡੀ ਮੈਂ ਬਾਲੀ ਗੱਡੀ ਡਰਾਈਵ ਕਰਨੀ ਨਹੀਂ ਮੈਂ ਤਾਂ ਬਸ ਉਨੀ ਕੁ ਕਰਨ ਆਇਆ ਵੀ ਮਾੜੀ ਜੀ ਬਸ ਕੁੜੀ ਵਾਲਿਆਂ ਦੇ ਹਵਾ ਜੀ ਨਹੀਂ ਬੰਦਾ ਕਰਦਾ ਹੁੰਦਾ ਵੀ ਆਪ ਗੱਡੀ ਚਲਾ ਕੇ ਲੈ ਕੇ ਜਾਂਦੇ ਆ ਕਿਵੇਂ ਫਿਰ ਕੁਛ ਕੋਈ ਆਈਡੀਆ ਕੋਈ ਗੈਸ ਹੈਗਾ ਨਹੀਂ ਕੋਈ ਗੈਸ ਨਹੀਂ ਮੈਨੂੰ ਨਹੀਂ ਪਤਾ ਕਿੱਥੇ ਲੈ ਕੇ ਚੱਲੇ ਹੋ ਕੈਨੇਡਾ ਨਹੀਂ ਲੈ ਕੇ ਜਾਣਾ ਆ ਦੇਖੋ ਇਹ ਗੱਡੀ ਕਾਫੀ ਗੰਦੀ ਆ ਬਟ ਹੁਣ ਟਾਈਮ ਹੈ ਨਹੀਂ ਸੀਗਾ ਸੋ ਆਪਾਂ ਇਹਨੂੰ ਐਵੇਂ ਲੈ ਕੇ ਜਾ ਰਹੇ ਹਾਂ ਸੋ ਆਪਾਂ ਹੁਣ ਬਹਿ ਗਏ ਆਂ ਪਿਛਲੀ ਸੀਟ ਤੇ ਤੇ ਮੂਹਰਲੀਆਂ ਸੀਟਾਂ ਖਾਲੀ ਆ ਤੇ ਸਾਹਮਣੇ ਮਨਜੋਤ ਉਹ ਰਿਹਾ ਫੋਨ ਤੇ ਗੱਲ ਕਰ ਰਿਹਾ ਕਹਿੰਦਾ ਜ਼ਰੂਰੀ ਕੋਈ ਕੰਮ ਹੈਗਾ ਤੇ ਆ ਗੁਰਦੁਆਰਾ ਸਾਹਿਬ ਆ ਜੀ ਜ਼ਰੂਰ ਇੱਥੇ ਵੀ ਦਰਸ਼ਨ ਕਰਿਓ ਗੁਰਦੁਆਰਾ ਭਾਈ ਬਾਲਾ ਜੀ ਜੇ ਕਿਸੇ ਵੇਲੇ ਕੋਈ ਬੰਦਾ ਇੱਧਰ ਆਉਂਦਾ ਸੈੱਟ ਆ ਕੰਮ ਤੇਰੇ ਦਰਸ਼ਨ ਆਪਾਂ ਸ਼ੀਸ਼ੇ ਚ ਕਰ ਲਈਏ ਹੁਣ ਸੋ ਇੱਧਰੋਂ ਆਪਾਂ ਚੱਲ ਪਏ ਹਾਂ ਤੇ ਆਹ ਭਰਾ ਮੇਰਾ ਤੁਹਾਨੂੰ ਪਤਾ ਹੀ ਹੈ ਵੀਡੀਓ ਅਸੀਂ ਪਹਿਲੀਆਂ 'ਚ ਦੇਖ ਚੁੱਕੇ ਹਾਂ ਰੈਡੀ ਹਾਂਜੀ ਜੀ ਯੇ ਟੁੱਟੀਆਂ ਸੜਕਾਂ ਯੇ ਘੜੀ ਮੂਰੀ ਤੇਰੇ ਵੱਲ ਰਹਾ ਤੱਕਦਾ ਸਾਰਾ ਦਿਨ ਵੇਖੀ ਜਾਵਾਂ
पहुंच गए पटियाले। पटियाले की आ कुल्फी बहुत मशहूर है, तुम सुनी होनी है। भाई पिछे बना पाया देख लो, वो दे जड़ा कून खोले ना हुंदा पटियाले नाल भी जी मेरी बहुत यादा जुड़िया आ, क्योंकि मेरे कनेडा जाने की जी शुरुआत ही पटियाले तो हुई थी, क्योंकि जो मेरा पहला टेस्ट आइलैट्स का है ना वो पटियाले बुक कराया सी। मैं मतलब एक टेस्ट दिता सी पहला, का मतलब भी जड़ा कैनेडा जड़ा इंडिया च दिता सी। सो कनेडा जाने के इस शहर का भी बहुत योगदान आ। बस अड्डे के नाल सिविल कॉलेज या नहीं वो सीगा सच होटल सीगा, होटल च हुंदा आ, होटल इकबाल दे विच सीगा टेस्ट। क्या लग रहा है? आई डोंट नो, हाल तक नहीं पता लगा। और भी एरिया च क्यों आया? पता लगे कि नहीं कुछ? रनवे आ। हैं? रनवे आ? एयर क्राफ्ट गेट रेडी फॉर द एयर राइड है। हां मित्रों गड्डी अपनी खड़ी आ पार्किंग दे विच, ते ओ देखो जी सामने दो एयरक्राफ्ट खड़े आ, ते नाल मेरी ना खालसा एड वाली टीम जिवें अंदर गई आ। ते मैं इत्थों हुणी मैनूं पता लगा सीगा वी उहनां ने फुल्लां दी वरखा वी करनी आ किसान मोर्चा फतेह होण करके, ते काफ़ी जिवें ना कंपनियां दे पत्रकार उत्थे पहुँचे हुए चैनलां दे वख वखरे चैनलां दे। बाकी देखो ते अपने वाला जहाज मैनूं आह लगता जी जड़ा रैड कलर का जिसे मूहरे पखा है। सो मित्रों दो बज गए आ सवेर के 6 बजे दे, मतलब जागते पे हाँ 6 बजे का अलार्म लाया जी। तो बस वेट होंगी पई आ, वेट थोड़ी तां करनी पै रही क्योंकि जड़ा स्पॉट लिया सीगा मैं थोड़ा एमरजेंसी चलाना पिया, तो एमरजेंसी दे विच थोड़ी एडजस्टमेंट करा के मतलब स्पॉट मिलया। तो जे लेट हो जाते हैं तो साड़ी हुण अगे एंगेजमेंट भी सी, सो उहदे उह वाला ओकेजन तो मैं पहला चाहुंदा जी, तां करके एमरजेंसी चलिया। वो बेचारी बोर हुई पई आ वेट कर करके, टाइम ला देना मेरे तो फुल भी मुरझा जाना है यार। गिने फुल देने जरूरी होंगे यार ये बगीचा च लगे सोहने लगते इदो वधिया एक बंदा ओह दे देवे दरख्त। दरख्त का कोई बूटा है कोई पॉपुलर जिदा कोई डेक कोई निम बंदा लावे नाले निशानी हो गई है भी आदे ओदी याद विच लाया सीगा है ਨਾਲੇ ਜਿੰਨੀ ਵਾਰ ਬੰਦਾ ਦੇਖੂਗਾ ਬੰਦੇ ਨੂੰ ਚੇਤਾ ਆਊਗਾ ਹਨਾ, ਨਾਲੇ ਐਨਵਾਇਰਮੈਂਟ ਲਈ ਵਧੀਆ ਪਤਾ ਸੀ ਨਾ। ਇਕੋ ਰਿਲੇਸ਼ਨਸ਼ਿਪ ਇਕੋ ਫਰੈਂਡਲੀ ਰਿਲੇਸ਼ਨਸ਼ਿਪ ਇਕੋ ਫਰੈਂਡਲੀ। ਪਰ ਯਾਰ ਸਰਪ੍ਰਾਈਜ਼ ਦਾ ਮੇਰੇ ਨਾਲ ਐਂ ਹੀ ਹੁੰਦਾ ਯਾਰ, ਸਰਪ੍ਰਾਈਜ਼ਾਂ ਦਾ ਨਾ ਥੋੜਾ
ਸਤਿਆਨਾਸ਼ ਜਿਹਾ ਹੋਇਆ ਤਾ ਮੈਂ ਚਾਹੁੰਦਾ ਸੀਗਾ ਵੀ ਹਾਂ ਇਧਰੋਂ ਐਂਟਰੀ ਹੋਈ ਤੇ ਸਾਹਮਣੇ ਬੰਦਾ ਆਏ ਕਰਾਫਟ ਲਾ ਕੇ ਖੜਾ ਤੇ ਫੇਰ ਤੈਨੂੰ ਮੂਹਰੇ ਕਰਦੇ ਜਹਾਜ ਵੈਸੇ ਦੋ ਨੀ ਹੈਗੇ ਖੱਬੇ ਪਾਸੇ ਉਹ ਆ ਗਰਾਜ ਇਹਨਾਂ ਦੇ ਜਹਾਜ ਤਿੰਨ ਚਾਰ ਹੋਰ ਪਏ ਆ ਆਵਾਜ਼ ਆ ਚੱਲ ਪਿਆ ਜਹਾਜ ਦਿਖਾਉਣਾ ਇੱਕ ਮਿੰਟ ਉਹ ਚੱਲਾ ਉਸਦਾ ਦੇਖਣਾ ਉਹ ਰਨਵੇ ਦਾ ਛੋਟਾ ਜਿਹਾ ਹੀ ਆ ਉਧਰੋਂ ਦੇਖੋ ਜੀ ਉਹਨੇ ਵੀ ਰੇਸਾਂ ਦੇ ਦੀਆਂ ਪੂਰੀਆਂ ਪਿੱਛੇ ਪਿੱਛੇ ਉਹ ਦੇਖੋ ਜੀ ਘਾਹ ਆਪਣੇ ਵਾਲੇ ਸਾਰੇ ਗਏ ਨਾਲ ਹਾਂ ਹਾਂ ਕਪਤਾਨ ਸਾਹਿਬ ਅਤੇ ਇਹ ਵਾਲਾ ਜਹਾਜ਼ ਉਹ ਪਰਲਾ ਜਹਾਜ਼ ਦੇਖੋ ਉਹ ਉੱਧਰ ਜਾਂਦਾ ਪਿਆ ਆਪਣੇ ਕੋਚ ਸਾਹਿਬ ਉਹ ਤਾਂ ਉਹਦਾ ਰੋਡੋ ਰੋਡ ਹੀ ਹੋ ਗਿਆ ਉਹ ਜਹਾਜ਼ ਤਾਂ ਵੀ ਤਿੰਨ ਜਣੇ ਨੀ ਆਉਣੇ ਨਾ ਪਿੱਛੋਂ ਦੋ ਸੀਟਾਂ ਬਣੀਆਂ ਉਹਦੇ ਹਾਂ ਇੱਕ ਮਿੰਟ ਸਵਾਲ ਆ ਮਾਡਲ ਜਹਾਜ਼ ਆ ਜੀ ਜਿਹੜਾ ਜਾਣਾ ਲੱਗਦਾ ਮੈਨੂੰ ਮਤਲਬ ਆਈ ਨੋਟ ਸ਼ੋਰ ਬਾਕੀ ਦੇਖਦੇ ਹਾਂ ਉਹ ਫਰ ਦੇਖੋ ਕਿੱਥੇ ਥੱਕ ਜਾਂਦਾ ਉਹ ਕਮਰੇ 'ਚ ਵੜਨ ਨੂੰ ਫਿਰਦਾ ਉਹ ਆ ਦੇਖ ਲਓ ਮਿੱਤਰੋ ਪੁਰਾਣੇ ਜਹਾਜ਼ ਵੀ ਖੜ੍ਹੇ ਆ ਜਿਹੜੇ ਖਸਤਾ ਹਾਲਤ ਵਾਲੇ ਆ ਮਤਲਬ ਕਿ ਜਿਵੇਂ ਸਿਖਾਉਣ ਲਈ ਲਾਏ ਹੋਣੇ ਨਾ ਮੇ ਵੀ ਉਹਦੇ ਕੋਲ ਸਾਹਮਣੇ ਕਿਉਂਕਿ ਇੱਥੇ ਮੈਂਟੇਨੈਂਸ ਵਾਲਾ ਪੂਰਾ ਡਿਪਾਰਟਮੈਂਟ ਹੈਗਾ ਇਹ ਸੋ ਉਹ ਚੀਜ਼ ਆ ਲੱਕੜ ਦੇ ਆ ਪਰ ਇਹਦੇ ਹੈਂ ਲੱਕੜ ਦੇ ਪਰ ਆ ਹਨਾ ਇੰਜਨ ਅਸਲੀ ਆ ਉਹਦੇ ਕੋ ਸਾਰਾ ਜਹਾਜ਼ ਦਾ ਆਹੋ ਬੂਡਨ ਦੇ ਪਰ ਬਣਦੇ ਆ ਮਤਲਬ ਉਦੋਂ ਐ ਵਾਲੇ ਆਉਂਦੇ ਹੁਣ ਯਾਰ ਲੱਕੜ ਤੇ ਤਾਂ ਪਰ ਕਿੰਨੇ ਹਨਾ ਬੜੀ ਵਧੀਆ ਹੋਊਗੀ ਨਾ ਇਹਨਾਂ ਦੀ ਹਾਂ ਉੱਪਰ ਕੈਂਪਿੰਗ ਕੀਤੀ ਹੋਈ ਆ ਦੇਖ ਲਓ ਭਾਈ ਉਹ ਆ ਗਿਆ ਜੀ ਜਹਾਜ਼ ਖੋਰ ਉਹਦੇ ਫਰ ਫਰ ਕਰਦਾ ਪਿਆ ਸਾਡਾ ਨੰਬਰ ਪਤਾ ਨਹੀਂ ਕਦੋਂ ਲੱਗੂਗਾ ਉਹ ਇਹ ਖੋਰ ਜਹਾਜ਼ ਖੋਲਿਆ ਹੋਇਆ ਉਹਦਾ ਇਕੱਲਾ ਸਕੈਲੇਟਨ ਵਾਲਾ ਹਿੱਸਾ ਦੇਈਦਾ ਪਿਆ ਸਾਰਾ ਪਲੈਨ ਅਗੇਨ ਸਤਿਆਨਾਸ਼ ਹੋ ਗਿਆ ਜਹਾਜ਼ ਆਇਆ ਸ਼ਾਮ ਨੂੰ ਜਾ ਕੇ 5 ਵਜੇ ਜਦੋਂ ਸਨਸੈਟ ਹੋ ਚੁੱਕਾ ਸੀ ਉਦੋਂ ਕੋਈ ਫਾਇਦਾ ਨਹੀਂ ਸੀ ਪੂਰਾ ਮੂਡ ਆਫ ਹੋਇਆ ਹੋਇਆ ਕਿੰਨੇ ਦਾ ਵੀ ਮਨੀ ਵੀ ਰੀਫੰਡ ਹੋ ਜੂਗੀ ਪਰ ਚੱਕਰ ਇਹ ਆ ਯਾਰ ਵੀ ਸਾਰਾ ਪਲੈਨ ਕੀਤਾ ਸੀ ਹੈ ਨਾ ਉਹ ਵਿੱਚ ਰਹਿ ਗਿਆ ਬਟ ਇਟਸ ਓਕੇ ਨੋ ਪ੍ਰੋਬਲਮ ਰੋਟੀ ਖਾ ਕੇ ਅਤੇ ਬਸ ਫਿਰ ਨਿਕਲਣ ਲੱਗੇ ਹਾਂ ਉਹ ਸੌਂਕ ਖਾ ਰਹੇ ਹਾਂ ਜਿਹੜੀ ਫ੍ਰੀ ਦੀ ਹੁੰਦੀ ਆ ਉਹ ਫ੍ਰੀ ਦੀ ਗੱਚਕ ਆ ਦੇਖੋ ਉਹਨੂੰ ਪੈ ਗਈ ਫ੍ਰੀ ਦੀ ਗੱਚਕ ਉਹ ਤੁਹਾਡੀ ਇਹ ਤਾਂ ਬੁੱਕ 'ਚ ਇੰਨੀਆਂ ਆਈਆਂ ਨਹੀਂ ਤਾਂ ਥਾਲ ਪੂਰਾ ਹੀ ਜਾਣਾ ਹੁਣ ਅੱਜ ਤਾਂ ਬਿਲਕੁਲ ਨਹੀਂ ਕੁਛ ਹੋਣਾ ਅੱਜ ਤਾਂ ਖਾਲੀ ਹੱਥ ਮੁੜ ਚੱਲੇ ਪਰੰਗ ਕੱਲ੍ਹ ਜਾਂ ਪਰਸੋਂ ਕੁਛ ਪਲੈਨ ਹੋਊਗਾ ਜੇ ਹੋਇਆ ਬਾਕੀ ਹਾਂ ਰਿੰਗ ਵੱਜ ਗਈ ਚਲੋ ਵਧੀਆ ਹੋ ਗਿਆ ਇੱਕ ਦੋ ਗਿਫਟ ਹੋਰ ਦੇਣੇ ਸੀ ਉਹ ਵੀ ਬਚ ਗਏ ਲਵਾਵੇ ਜੀ ਪਏ ਆ ਵਧੀਆ ਚਲੋ ਠੀਕ ਆ ਜੀ ਗੱਡੀ 'ਚ ਪਹਿਨੇ ਆ ਗੱਡੀ ਆਪਣੀ ਖੜੀ ਆ ਖੋਲਦੇ ਮਨਜੋਤ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੋ ਦਿਸ ਇਜ਼ ਦਾ ਨੈਕਸਟ ਡੇ ਵਰਦੀ ਸਾਡੀ ਸੇਮ ਆ ਉਹੀ ਵਾਲੀ ਗਿੰਨੀ ਦੀ ਵੀ ਗਿੰਨੀ ਨੇ ਉਹਦਾ ਉੱਪਰ ਦੀ ਕੋਟ ਪਾਇਆ ਹੋਇਆ ਅਤੇ ਗਿੰਨੀ ਕਰਦੀ ਪਈ ਆ ਡਰਾਈਵ ਜੀ ਅਤੇ ਆਪਾਂ ਹੁਣ ਨਿਕਲ ਗਏ ਜੀ ਹੁਣ ਕੱਲ੍ਹ ਵਾਲੀ ਸਟੋਰੀ ਦਾ ਤੁਹਾਨੂੰ ਕੀ
ਦੱਸੀ ਜਾਣਾ। ਕੱਲ ਵਾਲਾ ਤਾਂ ਸਾਡਾ ਪ੍ਰੋਗਰਾਮ ਕੈਂਸਲ ਹੋ ਗਿਆ ਬਹੁਤ ਧੱਕੇ ਨਾਲ ਮਨ ਮੁਨ ਬਣਾ ਕੇ, ਕਿਉਂਕਿ ਸਾਡੇ ਕੋਲ ਸਿਰਫ ਇੱਕ ਦਿਨ ਸੀਗਾ, ਕੱਲ ਸਾਡੀ ਇੰਗੇਜਮੈਂਟ ਆ। ਹਾਲੇ ਵੀ ਜਾ ਕੇ ਪਤਾ ਲੱਗਣਾ ਕੀ ਹਿਸਾਬ ਕਿਤਾਬ ਹੁੰਦਾ ਉੱਥੇ, ਲੋਟ ਆ ਜਾਵੇ ਤਾਂ ਵਧੀਆ ਆ। ਸੋ ਉੱਥੇ ਤਾਂ ਸਾਡੀ ਫਲਾਈਟ ਜਿਹੜੀ ਚੱਲ ਨਹੀਂ ਪਾਈ ਕਿਉਂਕਿ 12:30 ਦਾ ਟਾਈਮ ਸੀ ਦਿਨ ਦਾ, ਅਤੇ ਸਾਡਾ ਜਹਾਜ਼ ਆਇਆ ਸ਼ਾਮ ਨੂੰ 5:15 ਜਾ ਕੇ ਜਦੋਂ ਸਨਸੈੱਟ ਹੋ ਜਾਂਦਾ, ਅਤੇ ਉਦੋਂ ਤਾਂ ਕੋਈ ਫਾਇਦਾ ਹੀ ਨਹੀਂ ਨਾ ਰਾਈਡ ਲੈਣ ਦਾ, ਕਿਉਂਕਿ ਇੱਕ ਤਾਂ ਰਾਤ ਹੋ ਜਾਂਦੀ ਆ, ਅਤੇ ਦੂਜਾ ਬੰਦਾ ਵੈਸੇ ਵੀ ਜਿੱਦਾਂ ਹੁਣ ਆਪਾਂ ਸੋਚ ਕੇ ਸੀ ਵੀ ਦੁਪਹਿਰੇ ਯਾਰ ਚੜ੍ਹਦਾ 3 ਹੁੰਦਾ ਆ, ਉਦੋਂ ਹੁਣ ਨਜ਼ਾਰਾ ਹੀ ਵੱਖਰਾ ਹੈ ਨਾ। ਸੋ ਉਹ ਨਹੀਂ ਪੋਸੀਬਲ ਹੋਊ ਭਾਈ, ਬਹੁਤ ਟਰਾਈ ਕੀਤਾ। ਉੱਥੋਂ ਦੇ ਜਿਹੜੇ ਕੈਪਟਨ ਸਾਹਿਬ ਸੀ, ਕੈਪਟਨ ਸੁੱਖੀ ਕਪਤਾਨ ਸਾਹਿਬ, ਉਹਨਾਂ ਨੇ ਬਹੁਤ ਹੈਲਪ ਕਰਨ ਦੀ ਕੋਸ਼ਿਸ਼ ਕੀਤੀ, ਮਤਲਬ ਕੀਤੀ ਵੀ, ਬਟ ਆਊਟਪੁੱਟ ਨਹੀਂ ਆਇਆ ਭਾਈ ਕਿਸੇ ਵੀ ਤਰੀਕੇ ਨਾਲ, ਹੈ ਨਾ। ਉਹ ਵਿੱਚ ਫਿਰ ਰੌਲਾ ਜਿਹਾ ਪੈ ਗਿਆ, ਜਹਾਜ਼ ਸਰਕਾਰੀ ਆ ਜੀ, ਇਹਨੂੰ ਇੱਥੇ ਬਾਹਲਾ ਕੁਛ ਆਪਾਂ ਕਰ ਨਹੀਂ ਸਕਦੇ, ਇਹ ਉਹ ਐਵੇਂ ਦਾ ਚੱਕਰ ਪੈ ਗਿਆ। ਸੋ ਅਸੀਂ ਮੌਕੇ 'ਤੇ ਡਿਸੀਜ਼ਨ ਲਿਆ, ਜਹਾਜ਼ ਚੱਲਦਾ ਛੱਡਦਾ, ਸਾਹਮਣੇ ਸਟਾਰਟ ਖੜ੍ਹਾ ਸੀ, ਪੱਖੇ ਪੁੱਖੇ ਉਹਦੇ ਚੱਲਦੇ ਹੋਏ ਸੀਗੇ, ਬਹੁਤ ਔਖਾ ਡਿਸੀਜ਼ਨ ਲਿਆ ਕਿਉਂਕਿ ਸਾਨੂੰ 4-5 ਵੇਟ ਕਰਦੇ ਨੂੰ ਹੋ ਗਏ, ਅਤੇ ਮਿਲਿਆ ਕੁਛ ਵੀ ਨਹੀਂ, ਹੈ ਨਾ। ਅਤੇ ਸਾਹਮਣੇ ਜਹਾਜ਼ ਖੜ੍ਹਾ ਆ, ਸਟਾਰਟ ਖੜ੍ਹਾ, ਅਤੇ ਆਪਾਂ ਕਹਿਤਾ ਯਾਰ ਵੀ ਛੱਡ ਦਿਓ, ਫਿਰ ਨਹੀਂ ਅਸੀਂ ਰਾਈਡ ਲੈਣੀ, ਹੈ ਨਾ। ਸਾਰਾ ਦਿਨ ਖਰਾਬ ਹੋਇਆ, ਆਪਾਂ ਫਿਰ ਕੈਂਸਲ ਹੀ ਕਰਤਾ ਪ੍ਰੋਗਰਾਮ ਕਿਉਂਕਿ ਸਾਡੀ ਇੰਗੇਜਮੈਂਟ ਦਾ ਵੀ ਗਾਂਹ ਪਲੈਨ ਸੀਗਾ। ਬਟ ਲਾਸਟ ਮੂਮੈਂਟ 'ਤੇ ਉਹੀ ਕੰਪਨੀ ਕਹਿੰਦੀ ਵੀ ਤੁਹਾਨੂੰ ਰੀਫੰਡ ਕਰ ਦਿੰਦੇ ਹਾਂ, ਕੋਈ ਨਹੀਂ। ਬਟ ਉਸੇ ਕੰਪਨੀ ਕੋਲੋਂ ਇੱਕ ਜਿਹੜੀ ਰਾਈਡ ਸੀਗੀ ਉਹ ਹੋਰ ਮਿਲ ਗਈ, ਬਟ ਉਹ ਰੂਟ ਬਿਲਕੁਲ ਡਿਫਰੈਂਟ ਆ ਜੋ ਅਸੀਂ ਸੋਚਿਆ ਸੀ। ਸਾਨੂੰ ਫਿਰ ਇੱਥੇ ਚੰਡੀਗੜ੍ਹ ਜਾਣਾ ਪੈ ਰਿਹਾ, ਉਹ ਹੈਗਾ ਜੀ ਚੰਡੀਗੜ੍ਹ ਤੋਂ ਸ਼ਿਮਲਾ 30 ਦੇ ਵਿੱਚ, ਊਂ ਮੇਰੇ ਕਹਿਣਾ 2.5-3 ਘੰਟੇ ਦਾ ਰਾਹ ਹੋਊਗਾ। ਬਟ ਹੁਣ ਅਸੀਂ ਸ਼ਿਮਲੇ ਜਾਣਾ ਨਹੀਂ ਚਾਹੁੰਦੇ, ਬਟ ਸਾਨੂੰ ਰਾਈਡ ਕਰਕੇ ਜਾਣਾ ਪੈ ਰਿਹਾ, ਬਟ ਇਟਸ ਓਕੇ। ਫਿਰ ਸ਼ਿਮਲੇ ਤੋਂ ਅਸੀਂ ਵਾਪਸ ਆਵਾਂਗੇ, ਬਾਏ ਰੋਡ ਆਵਾਂਗੇ, ਜਹਾਜ਼ ਨਾਲ ਨਹੀਂ ਆਉਣਾ ਕਿਉਂਕਿ ਜਹਾਜ਼ ਜੇ ਵਾਪਸ ਆਊਗਾ ਤਾਂ 2:30 ਉਹਦੀ ਫਲੈਟ ਆ, ਬਟ ਆਪਾਂ ਇੰਨਾ ਦਿਨ ਜਿਹੜਾ ਵੇਸਟ ਨਹੀਂ ਕਰਨਾ ਚਾਹੁੰਦੇ। ਸੋ ਆਪਾਂ ਟਾਈਮ ਸਿਰ ਉੱਥੋਂ ਮੁੜ ਆਉਣਾ ਜੀ, ਆ ਕੇ ਫਿਰ ਚੰਡੀਗੜ੍ਹ ਤੋਂ ਗੱਡੀ ਚੱਕ ਕੇ ਫਿਰ ਘਰ ਨੂੰ। ਸੋ ਇੱਕ ਰਾਈਡ ਲੈਣ ਲਈ ਦੇਖੋ ਕਿੰਨਾ ਐਫਰਟ ਕਰਨਾ ਪੈ ਰਿਹਾ, ਬਟ ਹੁਣ ਸੋਚਿਆ ਸੀ ਯਾਰ ਜੋ ਮਰਜ਼ੀ ਹੋ ਜਾਵੇ ਵੀ ਇਹ ਕਰਨਾ ਆ, ਕਿਉਂਕਿ ਨਾ ਇੱਕ ਫਰੈਸ਼ਨੈਸ ਹੁੰਦੀ ਚੀਜ਼ ਦੀ ਵੀ ਹੁਣ ਕਰ ਲਿਆ ਕਰ ਲਿਆ, ਚਾਹੇ ਸਾਡੇ ਕੋਲ ਬਾਅਦ 'ਚ ਤੁਸੀਂ ਮੰਨੋਗੇ ਨਹੀਂ। ਸੁੱਖੀ ਭਾਜੀ ਇੰਨੇ ਕੁ ਵਧੀਆ ਸੀ, ਉਹ ਕਹਿੰਦੇ ਯਾਰ ਲੁਧਿਆਣੇ, ਕਹਿੰਦਾ ਯਾਰ ਮੇਰਾ ਆਪਦਾ ਏਅਰਕ੍ਰਾਫਟ ਆ ਸਾਂਧੀਆਣੇ ਏਅਰਪੋਰਟ 'ਤੇ, ਵੀ ਤੂੰ ਆ ਕੇ ਜਦ ਮਰਜ਼ੀ ਉੱਥੇ ਝੂਟਾ ਲੈ ਲਈ ਯਾਰ, ਕੋਈ ਚੱਕਰ ਹੀ ਨਹੀਂ ਨਾ। ਪੈਸਿਆਂ ਦਾ ਵੀ ਬਹੁਤ ਘੱਟ ਪੈਸੇ ਉਹਨਾਂ ਨੇ ਦੱਸੇ ਜਿੰਨੇ ਕੰਪਨੀ ਨੇ ਲਏ ਸੀਗੇ, ਸੋ ਬਹੁਤ ਉਹਨਾਂ ਨੇ ਹੈਲਪ ਕਰਨ ਦੀ ਕੋਸ਼ਿਸ਼ ਕੀਤੀ। ਬਟ ਸਾਨੂੰ ਥੋੜ੍ਹਾ ਇਹ ਸੀ ਕਾਹਲੀ ਸੀਗੀ ਲੁਧਿਆਣੇ ਵਾਲੇ, ਕੀ ਪ੍ਰੋਬਲਮ ਹੋਈ ਸੀ ਲੁਧਿਆਣੇ ਜੀ, ਏਅਰਕ੍ਰਾਫਟ ਦੇ ਵਿੱਚ ਪ੍ਰੋਬਲਮ ਆ ਗਈ ਸੀ। ਸੋ ਅੱਜ ਦਾ ਦਿਨ ਚੜ੍ਹਿਆ ਜੀ, ਡਰੈਸਅਪ ਸਾਡਾ ਸੇਮ ਆ, ਸੋ ਆਪਾਂ ਤਾਂ ਇਹੀ ਕਹਾਂਗੇ ਸਾਡਾ ਉਹੀ ਦਿਨ ਚੱਲਦਾ ਪਿਆ। ਹੁਣ ਜਾਂਦੇ ਹਾਂ ਚੰਡੀਗੜ੍ਹ, ਫਲਾਈਟ ਸਾਡੀ 9:00 ਆ ਅਰਲੀ ਮਾਰਨਿੰਗ। ਹਾਂ ਇੱਕ ਗੱਲ ਮੈਨੂੰ ਥੋੜ੍ਹੀ ਹੋਰ ਲੱਗੀ ਯਾਰ, ਵੀ ਜਿੱਦਾਂ ਹੁਣ ਸਰਪ੍ਰਾਈਜ਼ ਆਪਾਂ ਰੱਖਿਆ ਸੀ ਗਿੰਨੀ ਵਾਸਤੇ, ਬਟ ਹੁਣ ਇਹ ਆਪ ਹੀ ਮੈਨੂੰ ਲੈ ਕੇ ਜਾ ਰਹੀ ਹੈ ਇੱਕ ਤਰ੍ਹਾਂ ਨਾਲ, ਹੈ ਨਾ ਯਾਰ। ਬਟ ਠੀਕ ਆ, ਹੁਣ ਇਹਨੂੰ ਵੀ ਪਤਾ ਲੱਗ ਗਿਆ ਜਿਹਨੂੰ ਨਾ ਪਤਾ ਹੁੰਦਾ ਫਿਰ ਚਲੋ ਆਪਾਂ ਹੀ ਲੈ ਕੇ ਜਾਣਾ ਸੀ। ਹੁਣ ਇੱਦਾਂ ਸੀ, ਹੁਣ ਇਹ ਡਰਾਈਵ ਕਰ ਲੈਂਦੀ ਜਿਵੇਂ ਦਿੱਲੀ ਦੁੱਲੀ ਏਅਰਪੋਰਟ ਤੱਕ ਜਾ ਆਉਂਦੀ ਆ, ਮੰਮੀ ਡੈਡੀ ਉਹਨਾਂ ਨੂੰ ਲਿਆਉਂਦੀ ਰਹੀ ਆ, ਸੋ ਤਾਂ ਕਰਕੇ ਇਹਨੂੰ ਪਤਾ ਆ ਰਾਹਾਂ ਰੂਹਾਂ ਦਾ ਇੱਧਰ ਲਿਆਉਣਾ ਦਾ, ਅਤੇ ਐਕਸਪਰਟ ਡਰਾਈਵਰ ਆ ਉਹਨਾਂ ਵੀ ਮੇਰੇ ਨਾਲ ਉਹਦਾ। ਅਤੇ ਯਾਰ ਕਿਵੇਂ ਦਾ ਨਾ ਵੈਸੇ ਦੇਖ ਲਓ, ਕੁੜੀ ਨੇ ਰਿੰਗ ਪਾਉਣੀ, ਕੁੜੀ ਆਪ ਲੈ ਕੇ ਜਾ ਰਹੀ ਆ ਉਹ ਵੀ ਆਪਦੀ ਗੱਡੀ 'ਤੇ, ਆਪਾਂ ਨਾ ਰਾਹ ਨਾਲ ਨਾਲ ਬੈਠੇ ਆ। ਓ ਮਾਈ ਗੁੱਡਨੈਸ, ਆ ਦੇਖ ਰਹੇ ਹੋ ਜੀ ਰਾਤ ਨੂੰ ਤੂੜੀ ਵਾਲਾ ਟਰੱਕ ਨਿਕਲਿਆ, ਹੈ ਨਾ, ਅਤੇ 2 ਲੇਨਾਂ ਪੂਰੀਆਂ ਕਵਰ ਕਰਦਾ ਪਿਆ ਯਾਰ, ਹੈਗੀ ਨਹੀਂ ਪਰੀ ਰੱਖ ਕਿਤੇ, ਹੁਣ ਕੀ ਇਹ ਸਾਈਡ ਦਊਗਾ ਯਾਰ ਗੱਡੀਆਂ ਨੂੰ, ਹੈ ਨਾ। ਗੱਡਾ ਓਵਰਲੋਡ, ਟਰੈਕਟਰ ਦੀ ਜਾਂ ਨਿਕਲੀ ਪਈ ਅੱਗੇ ਉਹਦੀ। ਅੰਤਰਰਾਸ਼ਟਰੀ ਹਵਾਈ ਅੱਡਾ ਚੰਡੀਗੜ੍ਹ ਏਅਰਪੋਰਟ ਪਹੁੰਚ ਗਏ ਹਾਂ, ਅਤੇ ਦਿਨ ਵੀ ਥੋੜ੍ਹਾ ਥੋੜ੍ਹਾ ਹੋ ਗਿਆ, ਥੋੜ੍ਹੀ ਜਿਹੜੀ ਆਹ ਰੋਡ ਤੋਂ ਹੌਲੀ ਰੱਖ, ਹੌਲੀ ਰੱਖ ਯਾਰ ਆਹ ਰੋਡ ਤੋਂ, ਹੈਂ ਗੰਨਾ ਰੋਡ ਹੈ, ਆਹੋ ਹੌਲੀ, ਕੋਈ ਨਹੀਂ ਹੌਲੀ ਰੱਖ। ਸੋ ਮਿੱਤਰੋ ਪਹੁੰਚ ਗਿਆ ਜੀ ਚੰਡੀਗੜ੍ਹ ਏਅਰਪੋਰਟ, ਆ ਦੇਖ ਲਓ ਪਿੱਛੇ ਏਅਰਪੋਰਟ ਦੀ ਬਿਲਡਿੰਗ, ਮੋਟਾ ਕੋਟ ਪਾਇਆ ਕਿਉਂਕਿ ਸ਼ਿਮਲੇ ਜਾ ਕੇ ਲੋਡ ਪੈਣੀ ਆ, ਸ਼ਿਮਲੇ ਜਾ ਕੇ 0° ਟੈਂਪਰੇਚਰ ਹੈਗਾ ਰਾਤ ਨੂੰ। ਸੋ ਆਹ ਪਹੁੰਚ ਗਏ ਜੀ ਏਅਰਪੋਰਟ, ਆ ਛੱਤਾਂ ਦੇਖੋ ਰੰਗ ਬਿਰੰਗੀਆਂ ਕੀਤੀਆਂ ਹੋਈਆਂ, ਬਟ ਹੈਗਾ ਅਰਾਈਵਲ ਵਾਲਾ ਆ, ਆਪਾਂ ਜਾਣਾ ਡਿਪਾਰਚਰ 'ਚ। ਚਲੋ ਇਹ ਤੂੰ ਬਣਾਇਆ? ਹਾਂਜੀ। ਹੈਂ ਗਾਜਰਾਂ ਬਾਕੀ ਖਾ ਕੇ ਦੇਖੋ ਨਾਲ ਪਰੌਂਠੇ, ਰਾਤ ਹੀ ਹੋਣੀ ਹੈ, ਕਿਵੇਂ ਰਾਤ ਹੀ ਬਣਾਈ ਹੋਣੀ? ਨਹੀਂ ਜੀ ਸਵੇਰੇ ਬਣਾਏ ਨੇ, ਉੱਠ ਕੇ ਸਵਾ 3 ਉੱਠ ਗਈ ਸੀ ਮੈਂ। ਤੁਹਾਡੀ
ਸੁਮਿੱਤਰ ਬੋਰਡਿੰਗ ਹੋਣ ਜਾ ਰਹੀ ਆ ਬਸ ਸਾਡੀ ਸਿਕਿਉਰਿਟੀ ਚੈਕਿੰਗ ਤਾਂ ਪੂਰੀ ਉਦਾਂ ਹੀ ਸੀ ਜਿੱਦਾਂ ਬੰਦਾ ਹੈ ਨਾ ਕੈਨੇਡਾ ਤੋਂ ਆਇਆ ਹੁੰਦਾ ਹਾਂ ਬੈਗ ਉੱਥੇ ਹਾਂ ਦੇਖ ਹਾਂਜੀ ਹਾਂਜੀ ਹਾਂ ਗਿੱਲੀ ਕਿਵੇਂ ਦਾ ਲੱਗਦਾ ਪਾਰ ਤੇਰੇ ਸਿਰ ਤੱਕ ਆਉਣ ਨੂੰ ਫਿਰਦਾ ਉਹਦੇ ਜਮਾਂ ਹੀ ਕਿਆ ਬਾਤਾਂ ਨੇ ਯਾਰ ਹਾਂ ਹਾਂ ਇਹੋ ਜਿਹੇ ਰੰਗ ਦੀ ਲੈ ਜੀ ਗੱਡੀ ਤੈਨੂੰ ਉੱਡ ਗਿਆ ਕਿੱਥੇ ਉਹ ਅੱਛਾ ਆ ਰਿਹਾ ਓਹ ਦੇਖਿਓ ਜੀ ਇਵੇਂ ਤੁਹਾਨੂੰ ਉਹ ਟੇਕ ਆਫ ਦਿਖਾਉਂਦੇ ਹੋ ਓਏ ਹੋ ਉਹ ਕਿਆ ਬਾਤਾਂ ਨੇ ਕਿਆ ਬਾਤਾਂ ਨੇ ਕਿਆ ਹੀ ਬਾਤਾਂ ਨੇ ਇਹਨੇ ਨਹੀਂ ਵਾ ਟੇਕਦਾ ਜਾਣਾ ਕਿੰਨੀ ਇਹ ਰਨਵੇ ਤੋਂ ਨਹੀਂ ਜਾਊਗਾ ਸਿੱਧਾ ਉੱਪਰ ਜਾਊਗਾ ਮੈਨੂੰ ਲੱਗਦਾ ਏਅਰਪਲੇਨ ਨਾਲੋਂ ਜ਼ਿਆਦਾ ਵਧੀਆ ਹੈਲੀਕਾਪਟਰ ਵਾਲੀ ਰਹਿ ਜਾਣੀ ਆ ਅਤੇ ਏਅਰਪਲੇਨ ਵਾਲਾ ਐਕਸਪੀਰੀਅੰਸ ਆਪਾਂ ਉੱਦਾਂ ਵੀ ਕਰਦੇ ਹਾਂ ਜਦੋਂ ਹਨਾ ਏਅਰਪਲੇਨ ਵਾਲਾ ਆਪਾਂ ਉੱਦਾਂ ਵੀ ਕਰਦੇ ਹਾਂ ਜਦੋਂ ਆਪਾਂ ਬਾਹਰ ਬੂਰ ਜਾਂਦੇ ਹਾਂ ਬਟ ਹੈਲੀਕਾਪਟਰ ਇਜ਼ ਅ ਡਿਫਰੈਂਟ ਥਿੰਗ ਹੈ ਨਾ ਸੋ ਆਹ ਚੀਜ਼ ਇੱਕ ਵਧੀਆ ਹੋਊਗੀ ਹੈਲੀਕਾਪਟਰ 'ਤੇ ਸੋ ਮਿੱਤਰੋ ਫਾਈਨਲੀ ਪਹੁੰਚ ਗਏ ਹਾਂ ਵਿਜੀਬਿਲਿਟੀ ਵੀ ਸਹੀ ਹੈ ਇੱਥੇ ਧੁੰਦ ਪਈ ਹੋਈ ਉਹਦਾ ਫੋਗ ਪਿੱਛੇ ਤੁਸੀਂ ਦੇਖ ਸਕਦੇ ਹੋ ਅਤੇ ਜਹਾਜ਼ ਪਿੱਛੇ ਚਮ ਚਮ ਕਰਦਾ ਪੂਰਾ ਕਾਫੀ ਵਧੀਆ ਲੱਗ ਰਿਹਾ ਦੇਖਣ ਨੂੰ ਖੰਭ ਜ਼ਿਆਦਾ ਹੀ ਵੱਡੇ ਆ ਉਹ ਖੰਭ ਲਿਪੀਏ ਕਿਉਂ ਹੋਇਆ ਉਡੂਗਾ ਹੀ ਇਹ ਮਿੱਤਰ ਹਲੇ ਹੁਣ ਸੂਰਜ ਚੜ੍ਹ ਗਿਆ ਸੋ ਵਧੀਆ ਹੋਊਗਾ ਜਿੱਦਾਂ ਉੱਥੇ ਸਨਸੈੱਟ ਹੋ ਗਿਆ ਸੀ ਉਦੋਂ ਸਾਨੂੰ ਰਾਈਡ ਮਿਲ ਰਹੀ ਸੀ ਇੱਥੇ ਸੂਰਜ ਹੁਣ ਚੜ੍ਹਿਆ ਅਤੇ ਹੁਣ ਸਾਨੂੰ ਰਾਈਡ ਮਿਲੂਗੀ ਸੋ ਫਰਕ ਤਾਂ ਹੈਗਾ ਹੀ ਆ ਆਹ ਵਾਲੀ ਓਬਵੀਅਸਲੀ ਜ਼ਿਆਦਾ ਵਧੀਆ ਹੋਊਗੀ ਉਹਦੇ ਕਿਆ ਜਹਾਜ਼ ਆ ਜੀ ਬਟ ਸਾਡਲੀ ਤਾਂ ਆਹੀ ਆ ਆਹ ਕੈਪਟਨ ਸਾਹਿਬ ਥੋੜ੍ਹੇ ਲੇਟ ਆ 9 ਵਜੇ ਚੱਲਣੀ ਸੀ 20 ਮਿੰਟ ਉੱਪਰ ਹੋ ਗਏ ਆ ਬਟ ਕੈਪਟਨ ਸਾਹਿਬ ਆਉਣਗੇ ਤਾਂ ਇਹ ਉੱਡਣੀ ਆ ਉਹ ਸ਼ਾਇਦ ਤਾਂ ਲੇਟ ਆ ਕਿਉਂਕਿ ਹੁਣੇ ਚੈੱਕ ਕੀਤਾ ਵੀ ਸ਼ਿਮਲੇ ਦੀ ਜਿਹੜੀ ਵਿਜੀਬਿਲਟੀ ਆ ਉਹ ਥੋੜ੍ਹੀ ਘੱਟ ਆ ਸੋ ਜਦੋਂ ਵਿਜੀਬਿਲਟੀ ਸੈੱਟ ਹੋਊਗੀ ਤਾਂ ਉਦੋਂ ਜਿਹੜਾ ਜਹਾਜ਼ ਉੱਡੂਗਾ ਅਗਲੇ ਪਾਸੇ ਅੱਗੇ ਬਹਿ ਜਾ ਅੱਗੇ ਖਾਲੀ ਆ ਬਹਿ ਜਾ ਓਕੇ ਉਧਰ ਲਈ ਓਕੇ ਉਧਰ ਕਿਧਰ ਇੱਕ ਵਾਰ ਤੂੰ ਚੜ੍ਹ ਜਾ ਤੂੰ ਚੱਲ ਜਾ ਪਹਿਲੇ ਬੈਠਣਾ ਓਕੇ ਮੈਡਮ ਇਧਰ ਬੈਠ ਜਾਏਗੀ ਕੈਪਟਨ ਸਰ ਉਧਰ ਆ ਜਾਏਗੇ ਓਕੇ ਓਕੇ ਠੀਕ ਹੈ ਠੀਕ ਹੈ ਠੀਕ ਹੈ ਤੁਸੀਂ ਮੈਨੂੰ ਤਾਂ ਕਰਨ ਮਾਰਦੇ ਹੋ ਪਹਿਲਾਂ ਅਸੀਂ ਇੱਥੇ ਬੈਠੇ ਸੀਗੇ ਜੀ ਬਟ ਇੱਥੇ ਨਾਲ ਕੈਪਟਨ ਸਾਹਿਬ ਨੇ ਹੋਣਾ ਸੀ ਸੋ ਅਸੀਂ ਪਿਛਲੀਆਂ ਸੀਟਾਂ 'ਤੇ ਆ ਗਏ ਹਾਂ ਅਤੇ ਆਹ ਫਰੰਟ ਦੇਖ ਲਓ ਤੁਹਾਡੀ ਕਿੰਨੇ ਇਸ ਵਿੱਚ ਮੈਂ ਤੇਰਾ ਇਸ਼ਕ ਕਮਾਉਣਾ ਸਿੱਖਦਾ ਦੀਪ ਮੇਰੋ ਵਾਲਾ ਤੇਰਾ ਗੀਤ ਲਿਖਦਾ ਗੀਤ ਪ੍ਰੀਤ ਦੇ ਗਾਵਾ ਮਿੱਠੇ ਬੋਲ ਸੁਣਾਵਾ ਛੋਟਾ ਜਿਹਾ ਲੱਗਦਾ ਨਾ ਦੇਖਿਓ ਮੁਰਗ ਬਹੁਤ ਸੋਹਣੇ ਆ ਦੇਖੋ ਜੀ ਜਮਾ ਉਹ ਵਾਲੇ ਆ ਜਿਹੜੇ ਸਾਊਂਡ ਪਰੂਫ ਮੈਂ ਉੱਥੇ ਲਾਉਣਾ ਹੁੰਦਾ ਸੀ ਕੈਨੇਡਾ 'ਚ ਜਦੋਂ ਸਾਹ 'ਤੇ ਕਟਿੰਗ ਕਰਦੇ ਹੁੰਦੇ ਸੀ ਹੈ ਨਾ ਵਾਧੂ ਨੇ ਇੱਕ ਪੇਰੇ 'ਚ ਹੀ ਲੈ ਜਾਈਏ ਇੱਕ ਵੈਸੇ ਨਾ ਇੱਦਾਂ ਦੇ ਬੁਲਟ ਦੇ ਪਿੱਛੇ ਇੱਕ ਉੱਦਾਂ ਟੰਗਣੇ ਚਾਹੀਦੇ ਇੱਕ ਹੈ ਨਾ ਮਗਰ ਵਾਲੇ ਬੰਦੇ ਨੂੰ ਮੈਂ ਕਹਿੰਦਾ ਬੁਲਟ ਦੇ ਲੈ ਕੇ ਗਿਆ ਕਹਿੰਦੇ ਕੰਨ ਬੋਲੇ ਹੋ ਗਏ ਸਾਰੇ ਰਾਜ ਇੱਕ ਚਾਹੀਦਾ ਇਹੋ ਜਿਹਾ ਤੇਰੇ ਨਾਲ ਮੈਂ ਜੀਣਾ ਤੇਰੇ ਨਾਲ ਮੈਂ ਮਰ
सीखदा दीप मेरो वाला तेरा गीत लिखे।